ਖਾਨਦਾਨੀ ਦੇ ਵਿੱਚ ਸਿਆਸਤ ਚੱਲੀ ਜਾ ਰਹੀ ਉਹਨਾਂ ਦੀ। ਉਹਨਾਂ ਨੂੰ ਪਤਾ ਸਿਆਸਤ ਕਿੱਦਾਂ ਕਰਨੀ ਹੈ, ਕਿੱਥੇ ਰੱਖਣਾ, ਕਿੱਥੇ ਟੱਕਣਾ, ਕਿੱਥੇ ਵੱਧ ਬੋਲਣਾ, ਕਿੱਥੇ ਘੱਟ ਬੋਲਣਾ, ਉਹਨਾਂ ਨੂੰ ਸਭ ਪਤਾ। ਲੇਕਿਨ ਆਮ ਆਦਮੀ ਪਾਰਟੀ 'ਚ ਕੌਣ ਆਇਆ? ਆਮ ਬੰਦੇ, ਸਧਾਰਨ ਬੰਦੇ, ਤੁਸੀਂ ਹੋ, ਅਸੀਂ ਹੋ, ਕੋਈ ਮੇਰਾ ਖਿਆਲ ਇੱਥੇ ਕੋਈ ਐਡਾ ਵੱਡਾ ਕੋਈ ਰਾਜਨੇਤਾ ਨਹੀਂ ਹੈਗਾ, ਅਸੀਂ ਵੀ ਕੋਈ ਰਾਜਨੇਤਾ ਨਹੀਂ ਹੈਗੇ, ਪਹੁੰਚੇ ਆ ਇੱਥੇ। ਮੈਂ ਦਿਲ ਤੋਂ ਗਹਿਰਾਈਆਂ ਨਾਲ ਇਹਨਾਂ ਦਾ ਸਵਾਗਤ ਕਰਦਾ ਹਾਂ ਔਰ ਮੈਂ ਬੇਨਤੀ ਕਰਦਾ ਹਾਂ ਵੀ ਅੱਜ ਬੜੀ ਸਾਨੂੰ ਮਾਣ ਵੀ ਹੈ ਅਤੇ ਬੜੀ ਖੁਸ਼ੀ ਦੀ ਵੀ ਗੱਲ ਆ। ਕਦੀ ਤਾਂ ਕੋਈ BJP ਵਾਲਾ ਜਿਹੜਾ ਵਾ ਕੇਜਰੀਵਾਲ ਸਾਹਿਬ ਦੀਆਂ ਪ੍ਰਸ਼ੰਸਾ ਕਰ ਰਿਹਾ। ਅੱਜ ਆਉਂਦਿਆਂ ਆਉਂਦਿਆਂ ਮੈਨੂੰ ਹੁਣੇ ਇੱਕ ਖਬਰ ਮੇਰੇ ਦੋਸਤ ਨੇ ਵਿਖਾ ਲਈ ਹੈ ਕਿ ਸ਼ਿਵ ਸੈਨਾ ਵਾਲਾ ਜਿਹੜਾ ਉਹ ਪਾਰਟੀ ਵੱਲੋਂ ਉਹ ਪੰਜਾਬ ਦੇ ਵਿੱਚ ਉਹਨੇ ਆਪਣਾ ਇੱਕ ਇਹ ਬਿਆਨ ਦਿੱਤਾ ਜੇ ਦਿੱਲੀ ਦੇ ਵਿੱਚ ਕੇਜਰੀਵਾਲ ਬੱਤੀ ਸਸਤੀ ਕਰ ਸਕਦਾ, ਜੇ ਉੱਥੇ ਲੇਡੀਜ਼ ਦਾ ਕਿਰਾਇਆ ਮਾਫ਼ ਕਰ ਸਕਦਾ, ਜੇ ਪਾਣੀ ਫਰੀ ਦੇ ਸਕਦਾ, ਜੇ ਪੜ੍ਹਾਈ ਉਹ ਫਰੀ ਕਰ ਸਕਦਾ, ਤਾਂ ਕਿਉਂ ਨਹੀਂ ਸਾਡੀ ਪੰਜਾਬ ਸਰਕਾਰ ਜਿਹੜੀ ਆ ਉੱਠ। ਸੋ ਮੈਂ ਬੇਨਤੀ ਕਰਦਾ ਅੱਜ ਬੇਸਿਕਲੀ ਸਾਡਾ ਨੌਜਵਾਨ ਵਰਗ ਜਿਹੜੀ ਸਾਡੀ ਅਸਲ ਨੀਂਹ ਆ ਜਿਹੜੀ ਪੰਜਾਬ ਦੀ ਉਹ ਨੌਜਵਾਨ ਵਰਗ ਉਹ ਤਕਰੀਬਨ ਪੜ੍ਹ ਲਿਖ ਰਿਹਾ, ਲਿਖ ਕੇ ਬਾਹਰ ਜਾ ਰਿਹਾ। ਤੁਹਾਨੂੰ ਲੱਗਦਾ ਨਹੀਂ ਕਮੀ ਇਹ ਆ ਵੀ ਅਸੀਂ ਕਹਿੰਦੇ ਹਾਂ ਵੀ ਅਸੀਂ ਫਲਾਣੇ ਦੇ ਮੋਢੇ ਦੇ ਰੱਖ ਕੇ ਬੰਦੂਕ ਚਲਾਈਏ ਆਪ ਅੱਗੇ ਨਾ? ਸੱਚਾਈ ਗੱਲ ਮੈਂ ਬੇਨਤੀ ਕਰਨ ਲੱਗਾ ਜੀ, ਤੇ ਅਸੀਂ ਚਾਹੁੰਦੇ ਹਾਂ ਵੀ ਇਸ ਸਰਕਾਰਾਂ ਤੋਂ ਆਪਾਂ ਛੁਟਕਾਰਾ ਚਾਹੁੰਦੇ ਹਾਂ। ਇਹ ਜੀ ਇੱਕ ਤਾਂ ਆਉਣ ਵਾਲੀਆਂ MC ਦੀਆਂ ਇਲੈਕਸ਼ਨਾਂ ਦੇ ਪ੍ਰਤੀ ਆਪਾਂ ਮੀਟਿੰਗ ਕੀਤੀ ਹੈ ਜਿਹੜੀ ਵੀ ਹੁਣ ਜਿੰਨੇ ਵੀ ਵਾਰਡਾਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਵੀ ਹਰ ਵਾਰਡ ਦੇ ਵਿੱਚੋਂ ਆਪਾਂ MC ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਆ ਉਹ ਖੜ੍ਹੇ ਕੀਤੇ ਜਾਣ, ਔਰ ਦੂਜੇ ਨੰਬਰ 'ਤੇ ਵੀ ਬੂਥਾਂ ਤੱਕ ਪਹੁੰਚਣ ਦੀ ਜਿਹੜੀ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਗੁਰਦਾਸਪੁਰ ਹਲਕੇ ਦੇ ਵਿੱਚ ਆਪਾਂ ਬੂਥ ਮੈਨੇਜਮੈਂਟ ਕਮੇਟੀ ਤਿਆਰ ਕਰ ਰਹੇ ਹਾਂ, ਉਹਦੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ। ਇਕੱਲੇ ਕਾਨੂੰਨ ਦੀ ਨਹੀਂ, ਮੈਂ ਪੰਜਾਬੀ 'ਚ ਇਹ ਕਹਿ ਸਕਦਾ ਵੀ ਪੰਜਾਬ ਦਾ ਆਵਾ ਹੀ ਉੱਤਿਆ ਪਿਆ ਹਰ ਪਾਸੇ। ਜਿੱਧਰ ਤੁਸੀਂ ਵੇਖ ਲਓ, ਜੇ ਕੋਈ ਮੈਡੀਕਲ ਵਾਲੀ ਸਾਈਡ ਚਲੇ ਜਾਓ ਜਾਂ ਕੋਈ ਪਟਵਾਰਖਾਨੇ ਵੱਲ ਚਲੇ ਜਾਓ ਜਾਂ ਕੋਈ ਇੰਡਸਟਰੀ ਵੱਲ ਵੇਖ ਲਓ, ਵੀ ਆਲਮੋਸਟ ਪੰਜਾਬ ਦਾ ਜੋ ਕੈਪਟਨ ਸਾਹਿਬ ਨੇ ਪੰਜਾਬ ਦੇ ਨਾਲ ਵਾਅਦਾ ਕਰਕੇ ਆਪਣੇ ਪੰਜਾਬ ਦੇ ਵਿੱਚ ਸਰਕਾਰ ਲਿਆਂਦੀ ਸੀ ਉਹ ਬਿਲਕੁਲ ਹੀ ਖਰੇ ਨਹੀਂ ਉਤਰੇ। ਮੈਂ ਇੱਥੋਂ ਤੱਕ ਇਹ ਕਹਿਣਾ ਚਾਹੁੰਦਾ ਵਾਂ ਵੀ ਜਿਹੜੇ ਰਾਜਨੀਤੀ ਲੀਡਰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਮੁੱਕਰ ਸਕਦੇ ਨੇ, ਉਹਨਾਂ 'ਤੇ ਤੁਸੀਂ ਕੀ ਪੰਜਾਬ ਦੇ ਲੋਕਾਂ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਕੀ ਆਸ ਰੱਖਦੇ? ਮੈਂ ਤੁਹਾਨੂੰ ਇੱਕ ਬੜੇ ਦਾਅਵੇ ਨਾਲ ਇੱਕ ਗੱਲ ਕਹਿਣੀ ਚਾਹੁੰਦਾ ਵੀ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗਿਆ ਨਹੀਂ ਸੀ, ਉਹ ਰਵਾਇਤੀ ਪਾਰਟੀਆਂ ਨੇ ਸੁੱਟਿਆ ਸੀ। ਅੱਜ ਵੀ ਆ ਇੱਕ ਸੱਦੇ 'ਤੇ ਸਾਡੇ ਗੁਰਦਾਸਪੁਰ ਦੀ ਮੀਟਿੰਗ ਹੋਈ ਆ, ਤੁਸੀਂ ਆਪ ਆਏ ਹੋ, ਇਹ ਫਸਟ ਮੀਟਿੰਗ ਹੈ ਸਾਡੀ, ਠੀਕ ਹੈ, ਔਰ ਹਾਲੇ ਸਾਡੀ ਗਰਾਊਂਡ ਦੇ ਵਿੱਚ ਪਹੁੰਚ ਨਹੀਂ ਹੋਈ। ਹੁਣ ਇਸ ਤੋਂ ਬਾਅਦ ਅਸੀਂ ਸਟੈਪ ਬਾਏ ਸਟੈਪ ਚੱਲਾਂਗੇ, ਔਰ ਪਾਰਟੀ ਜਿਹੜੀ ਹੈ ਜਿਤਨਾ ਤੁਸੀਂ ਕਹਿ ਰਹੇ ਹੋ ਗ੍ਰਾਫ ਡਿੱਗਾ ਉਹਦੇ ਤੋਂ ਜ਼ਿਆਦਾ ਸਪੀਡ ਨਾਲ ਲੋਕ ਸਾਡੇ ਸੰਪਰਕ 'ਚ ਨੇ, ਪਰ ਕਿਤੇ ਨਾ ਕਿਤੇ ਲੋਕ ਥੋੜ੍ਹੇ ਜਿਹੇ ਹਾਲੇ ਫਿਰ ਵੀ ਥੋੜ੍ਹੇ ਸਲੋਅ ਹੋ ਜਾਂਦੇ ਨੇ ਵੀ ਭਾਅ ਜੀ ਆਪਾਂ ਤੁਹਾਨੂੰ 3 ਹਲਕਿਆਂ ਤੋਂ ਜੁਮੇ ਸੌਂਪੀ ਗਈ ਜੀ। ਸਭ ਤੋਂ ਪਹਿਲਾਂ ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਮਸਕਾਰ। ਸੋ ਆਮ ਆਦਮੀ ਪਾਰਟੀ ਦੀ ਮੁਹਿੰਮ ਦੇ ਤਹਿਤ ਅਸੀਂ ਜੋ ਇੱਕ ਸ਼ੁਰੂਆਤ ਕੀਤੀ ਹੈ ਉਹਦੇ ਵਿੱਚ ਜਿਸ ਤਰ੍ਹਾਂ ਇੱਕ AAA ਆਰਮੀ ਦਾ ਸ਼ੁਰੂਆਤ ਕੀਤੀ ਗਈ ਉਹਦੇ ਵਿੱਚ ਓਬਜ਼ਰਵਰ ਦੀ ਭੂਮਿਕਾ ਦੇ ਤਹਿਤ ਮੈਂ ਗੁਰਦਾਸਪੁਰ ਇਲਾਕੇ 'ਚ ਆਇਆ।
ਔਰ ਜਿਹੜੇ ਤਿੰਨ ਹਲਕੇ, ਕਿਉਂਕਿ ਹਰ ਓਬਜ਼ਰਵਰ ਨੂੰ ਤਿੰਨ ਤਿੰਨ ਹਲਕੇ ਦਿੱਤੇ ਗਏ ਨੇ, ਇੱਕ ਗੁਰਦਾਸਪੁਰ ਹੈ ਮੇਨ ਹਲਕਾ, ਔਰ ਦੀਨਾਨਗਰ, ਔਰ ਤੀਸਰਾ ਹੈਗਾ ਜੀ ਕਾਤੀਆ। ਸੋ ਇਹ ਤਿੰਨ ਹਲਕੇ ਨੇ ਜਿਹੜੇ ਮੇਰੇ ਕੋਲ ਹੈਗੇ ਨੇ, ਔਰ ਅੱਜ ਦੀ ਇੱਕ ਪਹਿਲੀ ਮੀਟਿੰਗ ਗੁਰਦਾਸਪੁਰ ਦੀ ਅਸੀਂ ਕੀਤੀ ਹੈ, ਕਿਉਂਕਿ ਇੱਥੇ ਜੋ ਹਾਲਾਤ ਨੇ ਉਸਨੂੰ ਸ਼ੁਰੂਆਤ ਕਰਨ ਵਾਸਤੇ, ਜੋ ਇਹਨਾਂ ਦੀ ਮੁੱਢ ਬਣਨ ਵਾਸਤੇ, ਇਹ ਬਹੁਤ ਜ਼ਰੂਰੀ ਸੀ। ਔਰ ਪਰ ਮੈਨੂੰ ਬੜੀ ਖੁਸ਼ੀ ਹੈ ਵੀ ਇਸ ਮਾਹੌਲ ਦੇ ਵਿੱਚ ਇੱਥੋਂ ਦੇ ਜਿਹੜੇ ਲੋਕਲ ਹਲਕਾ ਨਿਵਾਸੀ ਨੇ ਬਹੁਤ ਹੀ ਭਾਰੀ ਯੋਗਦਾਨ ਦਿੱਤਾ ਹੈ। ਸੋ ਇਹ ਹੈ ਵੀ ਅਸੀਂ ਸ਼ੁਰੂਆਤ ਕਰ ਰਹੇ ਹਾਂ, ਬਾਕੀ ਅਸੀਂ ਢਾਂਚੇ ਦੀ ਇਹਨਾਂ ਲੋਕਾਂ ਦੇ ਨਾਲ ਹੀ, ਕਿਉਂਕਿ ਸਰਕਾਰ ਵੀ ਆਮ ਆਦਮੀ ਦੀ ਹੈ ਔਰ ਆਮ ਆਦਮੀਆਂ ਨੂੰ ਹੀ ਅਸੀਂ ਅੱਗੇ ਲਿਆਉਣਾ ਹੈ, ਅਤੇ ਇਹਨਾਂ ਦੇ ਮੁਤਾਬਿਕ ਹੀ ਅਸੀਂ ਸਾਰਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਪਾਰਟੀ ਇੱਕ ਰੈਵੋਲਿਊਸ਼ਨਰੀ ਪਾਰਟੀ ਹੈ, ਕ੍ਰਾਂਤੀਕਾਰੀ ਪਾਰਟੀ ਹੈ, ਔਰ ਉਸ ਹੀ ਤਰਜ਼ ਦੇ ਉੱਪਰ ਅਸੀਂ ਜਿੰਨੇ ਵੀ ਪੁਰਾਣੇ ਵਲੰਟੀਅਰਸ ਨੇ ਸਾਡੇ ਜਿਹੜੇ ਕੰਮ ਕਰਦੇ ਰਹੇ ਨੇ ਸ਼ੁਰੂ ਤੋਂ ਹੀ 2012 ਤੋਂ, ਉਹਨਾਂ ਨੂੰ ਲਾਮਬੰਦ ਕਰਕੇ ਇੱਥੇ ਲਿਆਂਦਾ ਹੈ ਕਿ ਆਓ ਅਸੀਂ ਜੋ ਇਹਨਾਂ ਨੇ ਸਰਕਾਰਾਂ ਨੇ, ਰਵਾਇਤੀ ਸਰਕਾਰਾਂ ਨੇ ਸਾਨੂੰ ਵਾਅਦੇ ਦਿੱਤੇ ਹੈ, ਵਾਅਦਾ ਖਿਲਾਫੀ ਕੀਤੀ ਹੈ, ਉਹਦੇ ਅਗੇਂਸਟ ਫਿਰ ਇਕਮੁੱਠ ਹੋ ਕੇ ਖੜ੍ਹੇ ਹੋਈਏ ਔਰ ਇਹਨਾਂ ਦੇ ਅਗੇਂਸਟ ਫਿਰ ਇੱਕ ਯੁੱਧ ਵਿੱਢੀਏ। ਕਿਉਂਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਨੇ ਕਰ ਦਿਖਾਇਆ ਹੈ ਆਪਣੇ ਦਿੱਲੀ ਦੇ ਵਿੱਚ, ਆਮ ਬੰਦੇ ਵਾਸਤੇ ਬਿਜਲੀ ਹੈ, ਭਾਵੇਂ ਸਕੂਲ ਹੈ, ਭਾਵੇਂ ਉਹ ਸਿਹਤ ਵਿਭਾਗ ਹੈ, ਭਾਵੇਂ ਉਹ ਸਾਡੇ ਭੈਣਾਂ ਵਾਸਤੇ ਫ੍ਰੀ ਜਿਹੜੀ ਜਰਨੀ ਹੈ ਲੋਕਲ ਬੱਸਾਂ ਦੇ ਵਿੱਚ ਉਹ ਕੀਤੀ ਹੈ, ਔਰ ਭ੍ਰਿਸ਼ਟਾਚਾਰ ਦੇ ਵਿਰੁੱਧ ਵੀ ਉਹਨਾਂ ਨੇ ਖੂਬ ਲੜਾਈ ਲੜੀ ਹੈ। ਉਹੀ ਮਾਹੌਲ ਜਿਹੜਾ ਹੈ